ਅੰਮ੍ਰਿਤਪਾਲ ਤਾਂ ਹੁਣ ਆਇਆ ਇੱਕ ਮਹੀਨੇ ਦਾ, ਇਦੋਂ ਪਹਿਲਾਂ ਮਾਹੌਲ ਕਿਹਨੇ ਖਰਾਬ ਕਰਿਆ? ਇਹ ਰਾਜੇ ਬਣੇ ਦੀ ਕੋਈ ਸਰਕਾਰ ਸੀ ਨਾ, ਇਦੋਂ ਪਹਿਲਾਂ ਜਿਹੜਾ ਚਿੱਟਾ ਵੇਚਿਆ ਉਹ ਰਾਜੇ ਬੜਿੰਗ ਨੇ ਵੇਚਿਆ ਨਾ। ਰਾਜਾ ਬੜਿੰਗ ਤਾਂ ਇਹ ਗੱਲ ਕਹਿੰਦਾ ਕਿ ਇੰਦਰਾ ਦੁਰਗਾ ਸੀਗੀ ਜਿਹਨੇ ਦਰਬਾਰ ਸਾਹਿਬ ਢਾਇਆ, ਠੀਕ ਹੈ। ਅਤੇ ਜਿਹੜਾ ਮਤਲਬ ਅੰਮ੍ਰਿਤਪਾਲ ਹੈ ਅਤੇ ਅਸੀਂ ਹੈ, ਅਸੀਂ ਇਹ ਕਹਿੰਦੇ ਹਾਂ ਵੀ ਉਹ ਡੈਣ ਸੀ, ਅਸੀਂ ਉਹ ਸੋਧੀ ਹੈ, ਅਸੀਂ ਟੀਸੀ ਵਾਲਾ ਵੇਰ ਲਾ ਹੈ। ਇਹ ਤਾਂ ਇੱਕ ਟੇਲਰ ਦੇ ਆਪ ਤਾਂ ਕੱਪੜਿਆਂ ਦੀ ਸਮਾਈ ਨਹੀਂ ਦਿੱਤੀ, ਉਹ ਤੋਂ ਮਤਲਬ ਰੌਲਾ ਪਿਆ ਫਿਆ ਕਿ ਵੀ ਮੇਰੀ ਸਮਾਈ ਨਹੀਂ ਦੇ ਸਕਿਆ, ਇਹ ਆਪਦੀ ਔਕਾਤ ਦੇਖਣ। ਤੁਹਾਨੂੰ ਕੁਛ ਹੋਰ ਨਹੀਂ ਮਿਲਣਾ, ਚਿੱਟਾ ਤਾਂ ਜਿੱਥੇ ਕਹੋ ਤੁਹਾਨੂੰ ਉੱਥੇ ਮਿਲਜੂ, ਜੇ ਖੇਤ ਕੰਮ ਕਰਦੇ ਹੋ ਉੱਥੇ ਮਿਲਜੂ, ਜਿੱਥੇ ਕਹੋ ਉੱਥੇ ਡਿਲੀਵਰੀ ਹੋ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਸੱਚਬਾਈ ਨਾਲ, ਮੈਂ ਰਣਜੀਤ ਗਿੱਲ ਲੱਖਾ ਸਿਧਾਂਤ ਦੀ ਮਹਿਰਾਜ ਰੈਲ 'ਤੇ ਪਹੁੰਚੇ ਹਾਂ ਅਤੇ ਸਾਡੇ ਨਾਲ ਬਾਲਿਆਂਵਾਲੀ ਜੀ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਸਾਰਾ ਜਿਹੜਾ ਮੈਟਰ ਹੈ, ਪਹਿਲਾਂ ਪਰਚਾ ਕਰਿਆ ਜਾਂਦਾ ਫਿਰ ਨਾਲ ਦੀ ਨਾਲ ਹੀ ਰੱਦ ਕਰ ਦਿੱਤਾ ਜਾਂਦਾ ਰੈਲੀ ਤੋਂ ਪਹਿਲਾਂ? ਬਾਈ, ਇਹ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ ਕਿ ਸਰਕਾਰ ਨੂੰ ਪਹਿਲਾਂ ਇਸ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਆ ਉਹ ਨਹੀਂ ਵਰਤਣੇ ਚਾਹੀਦੇ, ਵੀ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਵਿਰੋਧੀ ਲੀਡਰ ਹੈ ਉਹਨਾਂ 'ਤੇ ਝੂਠੇ ਪਰਚੇ ਦਰਜ ਕਰਨੇ, ਇਹ ਬਹੁਤ ਜਿਹੜੀ ਪਰੰਪਰਾ ਜਿਹੜੀ ਪਿਛਲੀਆਂ ਸਰਕਾਰਾਂ ਨੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਪਾਈ ਸੀ, ਉਹੀ ਪਿਰਤ 'ਤੇ ਜਿਹੜੇ ਹੁਣ ਇਹ ਸਰਕਾਰ ਉਹਨਾਂ ਪਦਕਰਮਾਂ 'ਤੇ ਚੱਲ ਰਹੀ ਹੈ। ਇਹ ਗੱਲ ਮੈਂ ਤਾਂ ਇਹ ਨਹੀਂ ਕਹੂੰਗਾ ਕਿ ਦੀਪ ਸਿੱਧੂ ਵੀ ਇਹ ਗੱਲ ਕਹਿ ਕੇ ਗਿਆ ਸੀਗਾ, ਉਹ ਕਹਿੰਦਾ ਵੀ ਜਿਹੜਾ ਭਗਵੰਤ ਮਾਨ ਹੈ ਨਾ ਇਹ ਤੁਸੀਂ ਪੁਰਾਣਾ ਭਗਵੰਤ ਮਾਨ ਨਾ ਸਮਝੋ, ਕਹਿੰਦਾ ਇਹ ਕਹਿੰਦਾ ਬਿਆਂਤੇ ਬੁੱਚੜ ਨੂੰ ਵੀ ਮਾਤ ਪਾਊਗਾ, ਕਮੇਡੀ ਵਾਲਾ। ਹਾਂ ਹਾਂ, ਇਹ ਕਮੇਡੀ ਵਾਲਾ ਨਹੀਂ, ਕਹਿੰਦਾ ਬਿਆਂਤੇ ਬੁੱਚੜ ਨੂੰ ਮਾਤ ਪਾਊਗਾ, ਇਹ ਉਹਦਾ ਸ਼ੁਰੂਆਤ ਕਰ ਦਿੱਤੀ ਹੈ ਇਹਨੇ। ਪਰ ਅਸੀਂ ਇਹਨੂੰ ਇਸ ਗੱਲ ਦਾ ਅੱਜ ਇਸ ਸਟੇਜ ਤੋਂ ਚੈਲੰਜ ਕਰਨ ਆਏ ਹਾਂ ਵੀ ਲੱਖਾਂ ਤਾਂ ਕੀ ਤੂੰ ਕਿਸੇ ਵਰਕਰ 'ਤੇ ਵੀ ਝੂਠਾ ਪਰਚਾ ਦਰਜ ਕਰੇਗਾ ਤਾਂ ਸਰਕਾਰ ਦਾ ਜਿਹੜਾ ਅਸੀਂ ਉਹਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ। ਕਿਰਦਾਰ ਕੁਸ਼ੀ ਤਾਂ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇੱਥੇ ਜਿਸ ਤਰੀਕੇ ਨਾਲ ਪਰਚੇ? ਹਾਂ, ਕਿਰਦਾਰ ਕੁਸ਼ੀ ਹੈ ਵੀ ਜਿਹੜੇ ਸਾਡੇ ਵਿਰੁੱਧ ਬੋਲਦੇ ਹੈ ਲੋਕ ਉਹਨਾਂ ਨੂੰ ਬੋਲਣੋਂ ਰੋਕ ਦੇਈਏ, ਕਿਉਂਕਿ ਸਰਕਾਰ ਕੋਲ ਦੇਣ ਲੈਣ ਨੂੰ ਤਾਂ ਕੁਛ ਹੈ ਨਹੀਂ। ਸਰਕਾਰ ਇੱਕ, ਮੈਂ ਕਹੂੰਗਾ ਕਿ ਉਹਨਾਂ ਕੋਲ ਇਕੱਲੀ ਐਡਵਰਟਾਈਜਮੈਂਟ ਹੈ, ਅਸੀਂ ਜੀ ਜਿਹੜਾ ਬਜਟ ਹੈ ਉਹ ਅਸੀਂ ਕਾਗਜ਼ਲੈਸ ਪੇਸ਼ ਕਰਾਂਗੇ, ਕਾਗਜ਼ਾਂ 'ਤੇ ਖਰਚਾ 19 ਲੱਖ ਦਾ ਆਉਣਾ ਸੀਗਾ ਅਤੇ ਇਸ਼ਤਿਹਾਰਾਂ 'ਤੇ 21 ਲੱਖ ਕਰਤਾ। ਇਹ ਤਾਂ ਮਤਲਬ ਇੱਕ ਪ੍ਰਚਾਰ ਦੀ ਵੀ ਲੋਕਾਂ ਨੂੰ ਬੁੱਧੂ ਬਣਾਉਣਾ ਪ੍ਰਚਾਰ ਕਰਕੇ, ਉਹ ਸਰਕਾਰ ਹੈ, ਹੋਰ ਕੁਛ ਨਹੀਂ ਇਹਨਾਂ ਦੇ। ਅੰਮ੍ਰਿਤਪਾਲ ਦਾ ਵੀ ਟਵਿੱਟਰ ਹੈਂਡਲ ਹੈ ਜਿਹੜਾ ਬੰਦ ਕਰ ਦਿੱਤਾ ਜਾਂਦਾ? ਹਾਂਜੀ, ਅੰਮ੍ਰਿਤਪਾਲ 'ਤੇ ਵੀ ਉਹਨਾਂ ਨੂੰ ਇਹ ਹੈ ਵੀ ਕਿਉਂਕਿ ਚਿੱਟਾ ਜਿਹੜਾ ਪਹਿਲਾਂ ਅਕਾਲੀਆਂ ਦੇ ਰਾਜ 'ਚ ਸ਼ਰੇਆਮ ਵਿਕਦਾ ਸੀ, ਕਾਂਗਰਸ ਦੇ ਰਾਜ ਦੇ ਵਿੱਚ ਉਦੋਂ ਵੱਧ ਗਿਆ ਅਤੇ ਹੁਣ ਤਾਂ ਪਰਚੂਣ ਵਾਲੀਆਂ ਦੁਕਾਨਾਂ 'ਤੇ ਜਿਵੇਂ ਪਕੌੜੀਆਂ ਨਹੀਂ ਖਿਲਾਈਆਂ ਦੇ ਦਿੰਦੇ ਬਾਅਦ 'ਚ ਉਹ ਆਪਣਾ ਰੂੰਗਾ, ਹੁਣ ਤਾਂ ਐਂ ਮਿਲਦਾ ਜਿੱਥੋਂ ਮਰਜ਼ੀ ਲੈ ਲਓ, ਤੁਹਾਨੂੰ ਰੋਟੀ ਨਹੀਂ ਮਿਲਣੀ, ਤੁਹਾਨੂੰ ਕੁਛ ਹੋਰ ਨਹੀਂ ਮਿਲਣਾ। ਚਿੱਟਾ ਤਾਂ ਜਿੱਥੇ ਕਹੋ ਤੁਹਾਨੂੰ ਉੱਥੇ ਮਿਲਜੂ, ਜੇ ਖੇਤ ਕੰਮ ਕਰਦੇ ਹੋ ਉੱਥੇ ਮਿਲਜੂ, ਜਿੱਥੇ ਕਹੋ ਉੱਥੇ ਡਿਲੀਵਰੀ ਹੋ ਜਾਂਦੀ ਹੈ। ਸਰਕਾਰ ਨੇ ਤਾਂ ਰੌਲਾ ਰਾਜਾ ਬਣਿੰਗ, ਉਹ ਵੀ ਕਹਿੰਦੇ ਆ ਅੰਮ੍ਰਿਤਪਾਲ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਵੇਂ ਦੇਖਦੇ? ਨਹੀਂ, ਮਾਹੌਲ ਤਾਂ ਅੰਮ੍ਰਿਤਪਾਲ ਤਾਂ ਹੁਣ ਆਇਆ ਇੱਕ ਮਹੀਨੇ ਦਾ, ਇਦੋਂ ਪਹਿਲਾਂ ਮਾਹੌਲ ਕਿਹਨੇ ਖਰਾਬ ਕਰਿਆ? ਇਹ ਰਾਜੇ ਬਣਿੰਗ ਦੀ ਕੋਈ ਸਰਕਾਰ ਸੀ ਨਾ, ਇਦੋਂ ਪਹਿਲਾਂ ਜਿਹੜਾ ਚਿੱਟਾ ਵੇਚਿਆ ਉਹ ਰਾਜੇ ਬਣਿੰਗ ਨੇ ਵੇਚਿਆ ਨਾ, ਰਾਜੇ ਬਣਿੰਗ ਦੀ ਸਰਕਾਰ ਨਹੀਂ ਵੇਚਿਆ ਨਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਹੜੀਆਂ ਰਾਜੇ ਬਣਿੰਗ ਦਾ ਆਕਾ ਆਗੂ ਇਹ ਗੱਲ ਕਹਿੰਦੇ ਸੀ ਕਿ ਇਹ ਤਾਂ ਬਾਦਲ ਕੇ ਘਰੇ ਪੈੜਾਂ ਜਾਂਦੀਆਂ, ਅਤੇ ਫਿਰ ਬਾਦਲ ਕੇ ਨੂੰ 5 ਸਾਲ 'ਚ ਫੜਿਆ ਕਿਉਂ ਨਹੀਂ? ਇਹ ਸਾਰਾ ਕੁਛ, ਇਹ ਮੈਂ ਤਾਂ ਇੱਕ ਉਹ ਸਾਰੇ ਰਲੇ ਮਿਲੇ ਆ, ਕੁਛ ਨਹੀਂ ਹੈਗਾ। ਇਹ ਜਿਹੜਾ ਰਾਜਾ ਬੜਿੰਗ ਹੈ ਇਹ ਤਾਂ ਇੱਕ ਟੇਲਰ ਦੇ ਆਪ ਤਾਂ ਕੱਪੜਿਆਂ ਦੀ ਸਮਾਈ ਨਹੀਂ ਦਿੱਤੀ, ਉਹ ਤੋਂ ਮਤਲਬ ਰੌਲਾ ਪਿਆ ਫਿਆ
ਕਈ ਮੇਰੀ ਸੁਣਾਈ ਨਹੀਂ ਦੇ ਸਕਿਆ, ਇਹ ਆਪਦੀ ਔਕਾਤ ਦੇਖਣ। ਰਾਜਾ ਵੜਿੰਗ ਤਾਂ ਇਹ ਗੱਲ ਕਹਿੰਦਾ ਕਿ ਇੰਦਰਾ ਦੁਰਗਾ ਸੀਗੀ ਜਿਹਨੇ ਦਰਬਾਰ ਸਾਹਿਬ ਢਾਇਆ, ਠੀਕ ਹੈ। ਅਤੇ ਜਿਹੜਾ ਮਤਲਬ ਅੰਮ੍ਰਿਤਪਾਲ ਹੈ ਅਤੇ ਅਸੀਂ ਹੈ, ਅਸੀਂ ਇਹ ਕਹਿੰਦੇ ਹਾਂ ਵੀ ਉਹ ਡੈਣ ਸੀ, ਅਸੀਂ ਉਹ ਸੋਧੀ ਹੈ, ਅਸੀਂ ਟੀਸੀ ਵਾਲਾ ਵੇਰਲਾ ਹੈ। ਇਹ ਕਿਸੇ ਦੇਸ਼ ਦੇ ਬਾਦਸ਼ਾਹ ਨੂੰ ਮਾਰਨਾ, ਉਹ ਟੀਸੀ ਵਾਲਾ ਵੇਰ ਲਾਇਆ ਸੀ, ਅਸੀਂ ਕਹਿੰਦੇ ਅਸੀਂ ਟੀਸੀ ਵਾਲਾ ਵੇਰ ਲਾਇਆ, ਇਹ ਕਹਿੰਦਾ ਦੁਰਗਾ ਮਾਤਾ। ਹੁਣ ਦੁਰਗਾ ਮਾਤਾ ਵਾਲੇ ਨੂੰ ਤਾਂ ਅੰਮ੍ਰਿਤਪਾਲ ਮਾੜਾ ਲੱਗੂਗਾ ਹੀ, ਉਹ ਅੰਮ੍ਰਿਤ ਛਕਾਉਂਦਾ। ਅਸੀਂ ਜਦੋਂ ਇਹਦੀ ਦੁਰਗਾ ਮਾਂ ਨੂੰ ਡੈਣ ਕਹਿੰਦੇ ਹਾਂ, ਉਹਨੂੰ ਤਾਂ ਦੁੱਖ ਲੱਗੂਗਾ ਹੀ। ਹਾਂ, ਬਸ ਹੋਰ ਕੁਛ ਨਹੀਂ। ਭਾਈ, ਜਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਨੂੰ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ, ਲੱਗਦਾ ਸਰਕਾਰ ਪਰਚੇ ਦੂਜੇ ਨੌਜਵਾਨਾਂ 'ਤੇ ਵੀ ਕਰੂਗੀ, ਡਰਾਉਣ ਦੀ ਕੋਸ਼ਿਸ਼ ਹੈ? ਬਿਲਕੁਲ ਨਹੀਂ ਕਰ ਸਕਦੀ ਸਰਕਾਰ, ਜਿਵੇਂ ਅੱਜ ਇਹਨਾਂ ਨੂੰ ਮੂੰਹ ਵੀ ਖਾਣੀ ਪਈ ਹੈ, ਪਹਿਲਾਂ ਹੀ ਵਾਪਸ ਲਿਆ, ਠੀਕ ਹੈ, ਪਰਚੇ ਜੇ ਇਹ ਕਰਕੇ ਦੇਖ ਲਏ, ਇਹਨਾਂ ਨੂੰ ਵਾਪਸ ਹੀ ਲੈਣੇ ਪੈਣੇ ਆ। ਪਰ ਇੱਕ ਗੱਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਅਤੇ ਇਹਨਾਂ ਨੂੰ ਇਹ ਦੱਸਣੀ ਚਾਹੁੰਦਾ, ਇੱਕ ਪਾਸਟਰ ਜੀ ਨੇ ਵੀ ਪੰਗਾ ਲਿਆ ਸੀਗਾ, ਉਹ ਇੱਕ ਰਾਤ ਹੀ ਜੇਲ੍ਹ 'ਚ ਰਿਹਾ ਸੀ, ਰੋਂਦਾ ਦੇਖਿਆ ਸੀ, ਅਤੇ ਜਿੱਦੇ ਇਹਨਾਂ ਦੀ ਵਾਰੀ ਆ ਗਈ ਹਾਲਾਤ ਬਦਲ ਚੁੱਕੇ ਆ, ਜਿਵੇਂ ਇਹਨਾਂ ਦੇ ਜੇਬ ਕਤਰੇ ਅਤੇ ਕਾਰਾਂ ਚੋਰੀ ਕਰਨ ਵਾਲੇ MLA ਬਣ ਗਏ ਨਾ ਇਹਨਾਂ ਦੇ ਅਤੇ ਸਾਡੇ ਕੋਲ ਤਾਂ ਸਾਰੇ ਯੋਧੇ ਬੰਦੇ ਆ, ਯੋਧੇ, ਠੀਕ ਹੈ, ਸਾਰੇ ਇਮਾਨਦਾਰ ਬੰਦੇ ਆ, ਅਖਲਾਕ ਵਾਲੇ ਬੰਦੇ ਆ, ਅਤੇ ਸਮਾਂ ਆਉਣ ਵਾਲਾ ਸਾਡਾ, ਫਿਰ ਚੀਕਾਂ ਤੁਹਾਡੀਆਂ ਕਿਸੇ ਨੇ ਸੁਣਨੀਆਂ ਨਹੀਂ, ਸੈਂਟਰ ਨੇ ਚੀਕਾਂ ਨਹੀਂ ਸੁਣਨੀਆਂ, ਤੁਹਾਡੀਆਂ ਚੀਕਾਂ ਸੁਣਨ ਵਾਲਾ ਹੀ ਨਹੀਂ ਕੋਈ ਰਹਿਣਾ। ਅਸੀਂ ਹੁਣ ਇੱਥੇ ਅੱਜ ਇਕੱਠ ਦੇਖ ਲਓ, ਹਜ਼ਾਰਾਂ ਦਾ ਇਕੱਠ, ਅਤੇ ਇਹਨਾਂ ਦੇ ਮਗਰ ਆਉਣਾ ਵੀ ਕਿਸੇ ਨੇ ਨਹੀਂ, ਇਹਨਾਂ ਦੇ ਘਰਦਿਆਂ ਨੇ ਵੀ ਨਹੀਂ ਆਉਣਾ। ਇਹ ਝੂਠੇ ਪਰਚਿਆਂ ਵਾਲੀ ਰਾਜਨੀਤੀ ਬਾਦਲਕਿਆਂ ਨੇ ਕਰਕੇ ਦੇਖੀ ਸੀ, ਅਤੇ ਬਾਦਲਕਾ ਕੀ ਹਾਲ ਹੈ, ਆਹ ਕੱਲ੍ਹ ਉਹਨੇ ਮਾਰਚ ਕੱਢਿਆ ਸੀ, 20-25 ਗੱਡੀਆਂ ਸੀ, ਜਿਹੜਾ ਅਕਾਲੀ ਦਲ ਐਡਾ ਆਪਦੇ ਆਪ ਨੂੰ ਕਹਿੰਦਾ ਕਹਾਉਂਦਾ ਸੀ ਖੱਬੀ ਖਾਨ, ਅਤੇ ਇਹ ਭੁਲੇਖੇ 'ਚ ਨਾ ਰਹਿਣ, ਅਤੇ ਹਾਲਾਤ ਇਹਨਾਂ ਦੇ ਵੀ ਜਦੋਂ ਸੰਗਰੂਰ 'ਤੇ ਇਹੀ ਸੀ, ਭਗਵੰਤ ਮਾਨ ਇਕੱਲਾ ਹੀ ਹੱਥ ਹਿਲਾਉਂਦਾ ਫਿਰਦਾ ਸੀਗਾ, ਅਤੇ ਹਾਲਾਤ ਹੁਣ ਵੀ ਉਹੋ ਜਿਹੇ ਬਣ ਜਾਣਗੇ ਜੇ ਇਹਨਾਂ ਨੇ ਇਹ ਝੂਠੇ ਪਰਚਿਆਂ ਦੀ ਰਾਜਨੀਤੀ ਅੰਮ੍ਰਿਤਪਾਲ 'ਤੇ ਜਾਂ ਕਿਸੇ 'ਤੇ ਵੀ ਝੂਠੇ ਪਰਚੇ ਦਰਜ ਕਰੇ ਆ ਨਾ, ਅਤੇ ਫਿਰ ਹਾਲਾਤ ਉਹੀ ਬਣਨੇ ਆ, ਇਹ ਇਕੱਲੇ ਇਕੱਲੇ ਹੀ ਰਹਿਣਗੇ। ਹਾਂ, ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ। ਸੋ ਗੱਲਬਾਤ ਕੀਤੀ ਆ ਬਾਲਿਆਂ ਵਾਲੀ ਨਾਲ, ਉਹਨਾਂ ਨੇ ਜਿੱਥੇ ਰਾਜੀਵ ਵੜਿੰਗ ਨੂੰ ਚੇਤਾਵਨੀ ਦਿੱਤੀ ਹੈ, ਉੱਥੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ, ਜੇਕਰ ਅੰਮ੍ਰਿਤਪਾਲ ਸਿੰਘ ਦੇ ਪਰਚੇ ਹੁੰਦੇ ਆ ਤਾਂ ਹਾਲਾਤ ਉਹ ਤੋਂ ਵੀ ਮਾੜੇ ਬਣਨਗੇ। ਜਿਸ ਤਰੀਕੇ ਨਾਲ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੁਸੜਾ ਸਾਫ਼ ਹੋ ਜਾਂਦਾ, ਉਸ ਤਰੀਕੇ ਦੇ ਹਾਲਾਤ ਬਣਨਗੇ। ਸੋ ਜੁੜੇ ਰਹੋ ਸੱਚ ਬਾਣੀ ਦੇ ਨਾਲ, ਧੰਨਵਾਦ।